ਬੇੜਾ ਬਹਿ ਜੇ ਇਹਨਾਂ ਚੀਨ ਵਾਲਿਆਂ ਦਾ, ਮਰ ਜਾਣ ਇਹਨਾਂ ਦੇ ਬਾਚੜੇ। ਹੈ ਭੈਣ ਦੇ ਖਸਮਾਂ ਨੇ ਸਾਰੀਆਂ ਚੀਜ਼ਾਂ ਨਕਲੀ ਬਣਾਈਆਂ ਨੇ, ਹੈ ਆਹ ਬਿਮਾਰੀ ਅਸਲੀ ਬਣਾਤੀ। ਹੈ ਦੱਸ, ਮੈਂ ਭੋਗ 'ਤੇ ਤੁਰ ਕੇ ਜਾ ਰਹੀ ਹਾਂ, ਬੱਸਾਂ ਬੰਦ ਹੋ ਗਈਆਂ, ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਰੱਖਤਾ, ਤੁਹਾਡੇ ਮਰ ਜਾਣ ਬਾਚੜੇ ਤੁਹਾਡੇ। ਹੈ ਦੇ ਭਾਈ ਖੜ ਜਾ ਖੜ ਜਾ। ਮਾੜੇ ਤੇ ਦੱਸੀ ਈਲਵਾਲ ਨੂੰ ਰਾਹ ਕਿਹੜਾ ਜਾਂਦਾ ਵੇ? ਮੈਂ ਭੋਗ 'ਤੇ ਜਾਣਾ, ਮੈਂ ਕਿਹੜੇ ਘੋੜ ਮੋੜਾਂ 'ਚ ਪੈ ਗਈ। ਮੈਨੂੰ ਲੱਗਦਾ ਤੂੰ ਤਾਂ ਸਿੱਧੇ ਰਾਹ ਜਾ ਰਿਹਾ, ਤੇਰਾ ਤਾਂ ਰਸਤਾ ਪੁੱਤ 2-3 ਮਿੰਟ ਦਾ। ਮੈਨੂੰ ਰਾਹ ਪਾ ਪੁੱਤ, ਮੈਂ ਬਾਹਲੀ ਲੇਟ ਹੋ ਗਈ। ਉਹ ਮੈਨੂੰ ਨਹੀਂ ਪਤਾ ਵੇ, ਮੈਨੂੰ ਐਂ ਲੱਗਦਾ ਕੋੜੀਆ ਜਿਵੇਂ ਤੂੰ ਆਤਮ ਹੱਤਿਆ ਕਰ ਰਿਹਾ ਹੋਵੇਂ। ਦੀਂਦਾ ਨਹੀਂ, ਅੱਖਾਂ ਨੇ ਇੱਕ ਟਿੱਚ ਬਟਣ, ਮੈਂ ਗਲ 'ਚ ਰੱਸਾ ਪਾ ਕੇ ਆਤਮ ਹੱਤਿਆ ਕਰ ਰਿਹਾ, ਕੋਈ ਗਰਦਨ ਨਹੀਂ ਲੰਬੀ ਕਰ ਰਿਹਾ। ਕੁੱਤੇ ਮੁਲਕ 'ਚ ਲੋਕ ਮਰਨ ਵੀ ਨਹੀਂ ਦਿੰਦੇ। ਦੇ ਜੀ ਸਦਕੇ ਮਰ ਪੁੱਤ, ਜੰਮ ਜੰਮ ਮਰ, ਮੈਂ ਤਾਂ ਰਾਹ ਹੀ ਪੁੱਛ ਰਹੀ ਹਾਂ, ਤੇਰੇ ਉਂਚ ਲੂਣੇ ਲੜ ਗਏ। ਉਹ ਮਾਈ ਰੱਬ ਦੇ ਵਾਸਤੇ, ਮੈਨੂੰ ਚੈਨ ਨਾਲ ਮਰ ਤਾਂ ਲੈਣ ਦੇ। ਤੇ ਤੂੰ ਤਾਂ ਬਾਹਲਾ ਦੁਖੀ ਲੱਗਦਾ ਪੁੱਤ ਮੈਨੂੰ। ਉਹ ਕੋਈ ਸੁਖੀ ਬੰਦਾ ਮਰਿਆ ਕਦੇ? ਬੜੇ ਮਰਦੇ ਨੇ, ਕਈ ਖਾਂਦੇ ਪੀਂਦੇ ਚੀਚਣੇ ਮਾਰਦੇ ਨੇ। ਅੱਛਾ ਮੈਨੂੰ ਐਂ ਦੱਸ ਪੁੱਤ, ਕੋਈ ਕੁੜੀ ਕਾੜੀ ਧੋਖਾ ਦੇਗੀ? ਇਹ ਤੁਹਾਨੂੰ ਕੁੱਤਿਆਂ ਦਾ ਆਮ ਹੋ ਗਿਆ। ਸਾਡੇ ਪਿੰਡ ਇੱਕ ਕੁੜੀ ਪਿੱਛੇ ਲੱਗ ਕੇ 2 ਮੁੰਡੇ ਮਰ ਗਏ। ਲੈ ਕਲ ਯੁੱਗ, ਤੂੰ ਐਂ ਕਰ ਪੁੱਤ, 2-4 ਦਿਨ ਧਰਮਪ੍ਰੀਤ ਦੇ ਗਾਣੇ ਸੁਣ ਲੈ, ਮਨ ਹਲਕਾ ਹੋ ਜਾਏ। ਉਹ ਬੇਬੇ ਮੇਰੀ ਕੋਈ ਮਸ਼ੂਕ ਨਹੀਂ ਹੈਗੀ। ਅੱਛਾ ਫਿਰ ਪੁੱਤ, ਤੈਨੂੰ ਘਰ ਵਾਲੀ ਤੰਗ ਕਰਦੀ ਹੋਣੀ, ਜੇ ਅੱਜ ਕੱਲ੍ਹਦਿਆਂ ਨੂੰ ਤਾਂ ਡੁੱਬਾ ਆ ਗਿਆ ਗੱਗੜ ਪੁੱਤ, ਘਰ ਵਾਲੀ ਤੋਂ ਤੰਗ ਆ ਕੇ ਮੁੰਡਾ ਜ਼ਹਿਰ ਖਾ ਗਿਆ, ਹਜੇ ਉਹਦਾ ਸੇਵਾ ਨਹੀਂ ਤੀ ਠੰਡਾ ਹੋਇਆ, ਉਹਨੇ ਦੂਜਾ ਵੀ ਕਰਾ ਲਿਆ, ਮੈਂ ਲੋੜਾ ਨਹੀਂ ਦੱਸ। ਉਹ ਬੇਬੇ ਮੇਰਾ ਹਜੇ ਵਿਆਹ ਨਹੀਂ ਹੋਇਆ, ਮੈਨੂੰ ਤੰਗ ਨਾ ਕਰ, ਮੈਂ ਬੇਰੁਜ਼ਗਾਰ ਹਾਂ, ਨੌਕਰੀ ਨਹੀਂ ਮਿਲਦੀ ਕੋਈ। ਵੇ ਹਿੰਦੁਸਤਾਨ 'ਚ ਫੀਮ ਮਿਲ ਸਕਦੀ ਹੈ, ਭੁੱਕੀ ਮਿਲ ਸਕਦੀ ਹੈ, ਚਿੱਟਾ ਜਿੰਨਾ ਮਰਜ਼ੀ ਲੈ ਲਓ, ਭੈਣ ਦੇ ਖਸਮ ਘਰੇ ਦੇ ਕੇ ਜਾਂਦੇ ਨੇ। ਵੇ ਪੁੱਤ, ਜਿਉਂਦਾ ਰਹੇਗਾ 100 ਵਾਸਾਂ ਜਾਗਣਗੀਆਂ, ਕਦੇ ਮੋਬਾਈਲਾਂ ਦਾ ਝਾਸਾ, ਕਦੇ ਲੈਪਟਾਪ ਦਾ ਝਾਸਾ, ਇੱਥੇ ਸਰਕਾਰਾਂ ਦੀ ਜਾਨ ਨੂੰ ਰੋਵੇਂਗਾ। ਤੂੰ ਆਹ ਰਾਹ ਵਧੀਆ ਚੁਣਿਆ ਪੁੱਤ, ਮਰਨ ਤੋਂ ਬਾਅਦ ਬੜੇ ਫਾਇਦੇ ਨੇ ਪੁੱਤ, ਬਾਲੇ ਫਾਇਦੇ ਨੇ। ਮਰਨ ਤੋਂ ਬਾਅਦ ਕੀ ਫਾਇਦੇ ਨੇ? ਦੇਖ ਪੁੱਤ, ਨਾ ਤੈਨੂੰ ਨੌਕਰੀ ਦਾ ਕੋਈ ਫਿਕਰ ਹੈ, ਨਾ ਵਿਆਹ ਦਾ, ਨਾ ਬੱਚਿਆਂ ਦਾ, ਸਰਕਾਰ ਤੋਂ ਮੋਬਾਈਲਾਂ ਦੀ ਆਸ ਵੀ ਪੁੱਤ ਤੈਨੂੰ ਖਤਮ ਹੋ ਜੂ। ਉਹ ਬੇਬੇ ਕੋਈ ਚੱਜ ਦੀ ਸਲਾਹ ਦੇ ਦੇ। ਬੇ ਬੜੇ ਫਾਇਦੇ ਨੇ ਬੇ ਮਰਨ ਤੋਂ ਬਾਅਦ। ਦੇਖ ਪੁੱਤ, ਤੈਨੂੰ ਮੈਂ ਸਮਝਾਉਂਦੀ ਹਾਂ, ਜਦੋਂ ਤੂੰ ਮਰ ਗਿਆ ਕਿਸੇ ਵਧੀਆ ਜਿਹੇ ਮੁਲਕ 'ਚ ਜਨਮ ਲਈ, ਜਿਵੇਂ ਕਨੇਡਾ, ਅਮਰੀਕਾ, ਇੰਗਲੈਂਡ, ਵੇ ਜੰਮਣਸਾਰ ਸਿਟੀਜ਼ਨ ਹੋਵੇਗਾ, ਅੰਗਰੇਜ਼ੀ ਬੋਲੇਗਾ, ਜਵਾਨ ਹੁੰਦਿਆਂ ਤੈਨੂੰ ਨੌਕਰੀ ਮਿਲਜੂ, ਹੈਂ ਬੁਢਾਪੇ 'ਚ ਬੁਢਾਪਾ ਪੈਨਸ਼ਨ ਮਿਲੂਗੀ, ਯਾਦ ਰੱਖੇਗਾ ਵੀ ਦੁਰਗੀ ਨੇ ਕਿੰਨੀ ਵਧੀਆ ਸਲਾਹ ਦਿੱਤੀ ਹੈ। ਬੇਬੇ ਜੇ ਮੈਂ ਇੱਧਰ ਜੰਮ ਪਿਆ ਫਿਰ? ਜਾਵੇਗਾ ਫਿਰ ਵੀ ਬਾਹਰਲੇ ਮੁਲਕ 'ਚ ਪੜ੍ਹਾਈ ਕਰੇਗਾ, ਫਿਰ ਆਈਲੈਟਸ ਕਰੇਗਾ, ਫਿਰ ਕੋਈ ਕੁੜੀ ਲੱਭੇਗਾ ਆਈਲੈਟਸ ਵਾਲੀ, ਕਿਤੇ ਜਾ ਕੇ ਕਿਸੇ ਤਰੀਕੇ ਨਾਲ ਬਾਹਰ ਜਾਵੇਗਾ, ਉੱਥੇ ਜਾ ਕੇ ਤੈਨੂੰ ਉਹੀ ਕੁੱਤੇ ਝਾਕ 'ਚ ਰਹਿਣਾ ਪਊਗਾ। ਕੀ ਪੱਕਾ ਹੋਣ ਦੀ ਬਹੁਤ ਔਖੀ PR ਮਿਲਦੀ ਆ ਪੁੱਤ, ਬਾਹਲੀ ਔਖੀ PR ਮਿਲਦੀ ਆ, ਫਿਰ ਤੂੰ ਮਰ ਖੱਪ ਕੇ ਪੱਕਾ ਹੋ ਜਾਵੇਂਗਾ। ਹੈ ਕਾਲਿਆਂ 'ਚ ਫਿਰ ਤੇਰੇ ਚਿੱਟੇ ਝਾਕਣ ਲੱਗ ਜਾਣਗੇ, ਹੈ ਪੇਟ ਪੀਜੇ ਬਰਗਰ ਖਾ ਖਾ ਕੇ ਵੱਧ ਜੂ ਪੁੱਤ, ਫਿਰ ਪੁੱਤ ਤੇਰੇ ਬੱਚੇ ਹੋਣਗੇ, ਉਹਨਾਂ ਨੂੰ ਪੜ੍ਹਾਵੇਂਗਾ ਲਿਖਾਵੇਂਗਾ, ਘਰ ਦੀਆਂ ਕਿਸ਼ਤਾਂ, ਗੱਡੀ ਦੀਆਂ ਕਿਸ਼ਤਾਂ, ਬਸ ਇਸੇ ਗਧੇ ਗੇੜ 'ਚ ਪਿਆ ਰਹੇਗਾ ਪੁੱਤ। ਉਹ ਤਾਂ ਸਾਰੀ ਪੈਂਦੇ ਨੇ। ਵੇ ਪੁੱਤ, ਬੱਚੇ ਤੇਰੇ ਗੋਰਿਆਂ ਦਾ ਕਲਚਰ ਅਪਣਾ ਲੈਣਗੇ ਅਤੇ ਉਹਨਾਂ ਨੂੰ ਮੂੰਹੋਂ ਪੰਜਾਬੀ ਸੁਣਨ ਨੂੰ ਤੂੰ ਤਰਸੇਂਗਾ ਤਰਸੇਂਗਾ, ਫਿਰ ਤੂੰ ਕਹੇਂਗਾ ਇੰਡੀਆ ਚਲੋ, ਉਹਨਾਂ ਨੇ ਇੰਡੀਆ ਨੂੰ ਲਾਇਕ ਨਹੀਂ ਕਰਨਾ, ਤੂੰ ਦੁਖੀ ਦਾ ਦੁਖੀ ਪੁੱਤ। ਉਹ ਫਿਰ? ਫਿਰ 18 ਸਾਲ ਤੋਂ ਬਾਅਦ ਜਵਾਕ ਤੇਰੇ ਕਹਿਣੇ 'ਚ ਬਾਹਰ ਹੋ ਜਾਣਗੇ, ਉਹਨਾਂ ਨੇ ਕਿਸੇ ਗੋਰੀ ਗਾਰੀ ਨਾਲ ਵਿਆਹ ਕਰਾ ਲੈਣਾ, ਫਿਰ ਵੀ ਤੂੰ ਉਹੀ ਸੋਚੇਂਗਾ ਕਿ ਵੀ ਮਨਾ ਇਹੋ ਜਿਹੀ ਜ਼ਿੰਦਗੀ ਨਾਲ ਤਾਂ ਮਰੀ ਜਾਵਾਂ। ਹੁਣ ਦੱਸ ਮਾਤਾ ਮੈਂ ਕੀ ਕਰਾਂ? ਵੇ ਐਵੇਂ ਕੋੜੀਆ ਕਿਸੇ ਸਾਫ਼ ਸੁਥਰੇ ਮੁਲਕ 'ਚ ਨਹਿਰ ਗੰਦੀ ਕਰੇਗਾ, ਜ਼ਰੂਰੀ ਇਹਨੇ ਲੰਮੇ ਚੱਕਰਾਂ 'ਚ ਪੈਣਾ, ਵੇ ਮਰ ਅਤੇ ਸਿਆਪਾ ਖਤਮ ਕਰ। ਵੇ ਮੈਂ ਮੱਚ ਗਈ, ਇਹ ਤਾਂ ਬੇਹੋਸ਼ ਹੋ ਗਿਆ, ਵੇ ਰਾਹ ਤਾਂ ਦੱਸ ਜਾਂਦਾ, ਵੇ ਮੈਂ ਭੋਗ ਤੋਂ ਲੇਟ ਹੋ ਗਈ। ਵੇ ਭਾਈ ਵੇ ਉੱਠ, ਚੱਲ ਨੀ ਦੁਰਗੀਏ ਤੁਰ ਕੇ ਚੱਲ, ਵਾਲਾ ਮਾਂ ਪੈਂਡਾ ਤੇਰਾ,
ये मेरा मालिका सुख रखी, बाली पैड़ी बीमारी है।